मैनू समझ नहीं आई एक गल दी भी एडिया सोहनिया थोड़िया घर वालियां ते तुहानू मकान लभण च फिर भी इन्नी दिक्कत आई। ਉਹ ਬਸ ਜੀ ਇਹੀ ਤਾਂ ਦਿੱਕਤ ਆ ਕਿ ਸੋਹਣੀਆਂ ਨੇ ਜਿੱਥੇ ਵੀ ਗਏ ਮਕਾਨ ਮਾਲਕ ਚੰਦਰੇ ਹੀ ਟੱਕਰੇ। ਅਸੀਂ ਦੋਵੇਂ ਵੀਰੇ ਕੰਮ 'ਤੇ ਜਾਣ ਲੱਗੇ ਕਹਿ ਜਾਂਦੇ ਸੀ ਕਿ ਪਿੱਛੋਂ ਨਿਗਾਹ ਰੱਖਿਓ। ਨਿਗਾਹ ਤਾਂ ਕੀ ਮੇਰੇ ਸਾਲੇ ਦੇ ਅੱਖ ਹੀ ਰੱਖ ਲੈਂਦੇ ਸੀ। ਵੈਸੇ ਸੂਬੇਦਾਰ ਸਾਹਿਬ ਤੁਸੀਂ ਤਾਂ ਨਹੀਂ ਇਹੋ ਜਿਹੇ ਹੈਗੇ ਨਾ। ਹੈਂਜੀ ਮੇਰਾ ਮਤਲਬ ਤੁਹਾਡੀ ਨੀਤ ਤਾਂ ਠੀਕ ਹੈ ਨਾ। ਨੀਤ ਬਦਲਣ ਲੱਗੇ ਕਿਤੇ ਟਾਈਮ ਲੱਗਦਾ। ਹਾਂਜੀ ਮੇਰੇ ਕਹਿਣ ਦਾ ਮਤਲਬ ਤੁਸੀਂ ਹੈ ਹੀ ਐਡੀਆਂ ਸੋਹਣੀਆਂ, ਇਹਦੇ 'ਚ ਮਕਾਨ ਮਾਲਕਾਂ ਦਾ ਕੀ ਕਸੂਰ। ਖੈਰ ਮੈਨੂੰ ਇਹ ਦੱਸੋ ਤੁਹਾਡੇ ਦੋਹਾਂ ਚੋਂ ਕੌਣ ਕਿਹਦਾ ਘਰ ਆ। ਹੈ ਇਹ ਨੇ ਜੀ ਮੇਰੇ ਘਰ ਵਾਲੇ ਦੋਵੇਂ। ਨਹੀਂ ਨਹੀਂ ਜੀ ਇਹ ਇਕੱਲੇ ਤੇ ਇਹ ਨੀਰੂ ਦੇ ਘਰ ਵਾਲੇ ਨੇ ਜੀ। ਓ ਮੈਂ ਸੋਚਿਆ ਦੋਵੇਂ ਤੁਹਾਡੇ ਪਤੀ ਨੇ। ਨਹੀਂ ਤੇ ਤੁਸੀਂ ਇਕੱਲੇ ਆ। ਹਾਏ ਸੱਚ ਕਹਿ ਗਏ ਬਾਪੂ ਜੀ, ਫੌਜੀ ਰਫਲ ਤੋਂ ਤੇ ਘੋੜੀ ਨਸਲ ਤੋਂ ਪਛਾਣੀ ਜਾਂਦੀ ਹੈ। ਅਜੇ ਫਿਰ ਵੀ ਤੁਹਾਨੂੰ ਉੱਪਰ ਰਹਿਣ ਦੇ ਵਿੱਚ ਜਗ੍ਹਾ ਘੱਟ ਲੱਗੇ, ਤੁਹਾਡੇ 'ਚੋਂ ਇੱਕ ਅੱਧਾ ਜਾਣਾ ਥੱਲੇ ਆ ਕੇ ਐਡਜਸਟ ਹੋ ਸਕਦਾ, ਉਹਦੇ ਲਈ ਭਾਵੇਂ ਮੈਨੂੰ ਕਿਰਾਇਆ ਹੋਰ ਘੱਟ ਦੇ ਦਿਓ। ਨਹੀਂ ਜੀ ਅਸੀਂ ਕਿਰਾਇਆ ਵੀ ਪੂਰਾ ਦੇਵਾਂਗੇ ਅਤੇ ਐਡਜਸਟ ਵੀ ਉੱਪਰ ਹੀ ਹੋਵਾਂਗੇ। ਹਾਂ ਮੇਰੇ ਨਾਲ ਹੀ ਨਾ ਐਡਜਸਟ ਹੋਇਆ ਕੋਈ। ਹਾਂਜੀ ਮੇਰਾ ਮਤਲਬ ਜਦੋਂ ਅਸੀਂ ਫੌਜ 'ਚ ਹੁੰਦੇ ਸੀ ਅਸੀਂ ਇੱਕੋ ਤੰਬੂ 'ਚ 20 ਜਾਣੇ ਐਡਜਸਟ ਹੋ ਜਾਂਦੇ ਸੀ। ਹਾਏ ਅੱਲਾ ਦੇਖੋ ਨਾ ਚਾਚਾ ਜੀ। ਹਾਏ ਜਸਮੀਤ ਆਓ ਬੇਟਾ ਮੀਠਾ। ਇਹ ਮੇਰੀ ਭਤੀਜੀ ਜਸਮੀਤ ਤੇ ਇਹ ਨੇ ਆਪਣੇ ਨਵੇਂ ਕਿਰਾਏਦਾਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਇਹ ਮੇਰੀ ਵਾਈਫ ਨੀਰੂ। ਸਤਿ ਸ਼੍ਰੀ ਅਕਾਲ ਜੀ। ਤੇ ਇਹ ਆ ਜੀ ਮੇਰੀ ਬਿਊਟੀਫੁਲ ਵਾਈਫ ਪਿੰਕੀ ਛੜਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਤੁਹਾਡੀ ਸ਼ਕਲ ਤੇ ਜਮਾ ਹੀ ਜਮਾ ਨਹੀਂ ਜੀ ਮਿਲਦੀ ਕਿਸੇ ਨਾਲ। ਕਿਹਦੇ ਨਾਲ? ਵੈਸੇ ਸਾਡੇ ਨਵੇਂ ਮਿਊਜ਼ਿਕ ਟੀਚਰ ਬੱਬੂ ਨਾਲ। ਬਿਲਕੁਲ ਏਦਾਂ ਲੱਗਦਾ ਜਿਵੇਂ ਉਹੀ ਲੇਡੀਜ਼ ਸੂਟ ਪਾ ਕੇ ਖੜੇ ਹੋਣ। ਹੁਣ ਮੇਰੀ ਕੀ ਗਲਤੀ ਆ? ਉਹ ਮੇਰਾ 2 ਸਾਲ ਛੋਟਾ ਜੁੜਵਾ ਭਰਾ ਹੈ ਜੀ। ਇੱਕ ਮਿੰਟ, ਇੱਥੇ ਸਾਲਾ 2 ਮਿੰਟ ਦਾ ਫਰਕ ਹੋਵੇ ਅਸੀਂ ਤਾਂ ਨਹੀਂ ਜੋੜਾ ਭਰਾ ਮੰਨਦੇ, ਤੇ ਇੱਥੋਂ 2 ਸਾਲ ਛੋਟਾ ਜੋੜਾ ਕਿਵੇਂ ਹੋ ਗਿਆ? ਨਹੀਂ ਜੀ ਸੂਬੇਦਾਰ ਸਾਹਿਬ, ਅਸਲ ਦੇ ਵਿੱਚ ਇਹਨਾਂ ਦੀ ਸ਼ਕਲਾਂ ਇੰਨੀਆਂ ਜ਼ਿਆਦਾ ਮਿਲਦੀਆਂ ਨੇ, ਇੰਨੀਆਂ ਜ਼ਿਆਦਾ ਮਿਲਦੀਆਂ ਨੇ, ਸਾਰੇ ਲੋਕ ਪਿਆਰ ਨਾਲ ਇਹਨਾਂ ਨੂੰ ਜੁੜਮਾ ਜੁੜਮਾ ਕਹਿੰਦੇ ਹੋ। ਤੁਸੀਂ ਕਹਿੰਦੇ ਹੋ ਫਿਰ ਸਕਦਾ ਜੁੜਵੇ ਹੋਣ। ਉਹਨਾਂ ਨੂੰ ਪਤਾ ਤੁਸੀਂ ਇੱਥੇ ਰਹਿਣਾ ਹੋ? ਨਹੀਂ ਜੀ ਨਹੀਂ। ਤੇ ਆਪਾਂ ਕੱਲ ਹੀ ਸੱਦ ਲੈਨੇ ਆ। ਨਾ ਜੀ ਨਾ, ਵੀ ਹੇਟ ਟੂਗੇਦਰ। ਹਾਂ ਹੇਟ ਟੂਗੇਦਰ ਨਹੀਂ ਹੁੰਦਾ, ਹੇਟ ਈਚ ਅਦਰ ਹੁੰਦਾ। ਚਲੋ ਜਿੱਦਾਂ ਮਰਜ਼ੀ ਹੈ, ਤੁਸੀਂ ਸਮਝ ਤਾਂ ਗਏ ਹੀ ਨਾ। ਤੁਸੀਂ ਸਮਝਾਤਾ, ਮੈਂ ਸਮਝ। ਅੰਕਲ ਜੇ ਥੋੜੀ ਛਾਣਬੀਨ ਤੇ ਟੋਕਾ ਟਾਕੀ ਪੂਰੀ ਹੋ ਗਈ ਹੋਵੇ ਕੀ ਅਸੀਂ ਆਪਣੇ ਕਮਰੇ ਜਾ ਸਕਦੇ ਹਾਂ? ਨਹੀਂ। ਹਾਂ ਮੈਂ ਤਾਂ ਸਿਰਫ ਇੰਨੀ ਕੇ ਬੇਨਤੀ ਕਰਨੀ ਸੀ ਕਿ ਅੱਜ ਰਾਤ ਦਾ ਖਾਣਾ ਮੇਰੇ ਵੱਲ। ਸੋ ਸਵੀਟ। ਠੀਕ ਹੈ, ਕਿਉਂਕਿ ਸਾਡੇ ਰਿਵਾਜ਼ ਆ ਅਸੀਂ ਪਹਿਲੇ ਦਿਨ ਨਵੀਂ ਵੋਟੀ ਨੂੰ ਚੌਂਕੇ ਨਹੀਂ ਚਾੜਦੇ। ਨਹੀਂ ਜੀ, ਪਰ ਇਹਨਾਂ ਦੇ ਰਿਵਾਜ਼ ਹੈ, ਇਹ ਪਹਿਲੇ ਦਿਨ ਨਵੀਂ ਵੋਟੀ ਨੂੰ ਚੁਆਰੇ ਚਾੜ ਦਿੰਦੇ ਨੇ। ਚਲੋ ਚੱਕੋ ਸਮਾਨ। ਚਲੋ ਚੱਕੋ ਚੱਕੋ ਜੀ। ਹਾਂ ਹਰੀ ਆਪ। ਥੈਂਕ ਯੂ ਥੈਂਕ ਯੂ। ਸਾਲੀ ਗਲਤੀ ਹੋ ਗਈ, ਮੈਂ ਚੁਬਾਰਾ ਹੀ ਥੱਲੇ ਪਾ ਲੈਣਾ ਸੀ। ਘਰੋਂ ਚੰਗਾ ਭਲਾ ਧਰਮਿੰਦਰ ਬਣਨ ਆਇਆ ਸੀ, ਸਾਲਿਆਂ ਨੇ ਹੇਮਾ ਮਾਲਿਨੀ ਬਣਾ ਕੇ ਰੱਖਤਾ। ਮੇਰੇ ਰੱਬਾ, ਅੱਜ ਪਹਿਲੀ ਵਾਰੀ ਸੂਬੇਦਾਰ ਮੇਜਰ ਕਿਰਪਾਲ ਸਿੰਘ ਮੁਰਗੇ ਨਾਲ ਨੀਰੂ ਨੂੰ ਇੰਪ੍ਰੈਸ ਕਰਨ ਚੱਲਿਆ, ਵੇਖੀ ਕਿਤੇ ਪਾਪ ਨਾ ਲੱਗੇ। ਕੁੱਕੜੂ ਕੁੜੂ ਨੀ ਨੀਰੂ, ਕੁੱਕੜੂ ਕੁੜੂ, ਕੁੱਕੜੂ ਕੁੜੂ ਨੀ ਨੀਰੂ, ਕੁੱਕੜੂ ਕੁੜੂ, ਮੈਂ ਹਾਂ ਤੇਰਾ ਫੌਜੀ, ਮੇਰੀ ਬੁੱਗੀ ਹੈ ਤੂੰ ਹੋ ਮੇਰੀ ਬੁੱਗੀ, ਹੋ ਮੇਰੀ ਬੁੱਗੀ, ਤੇਰੇ ਇਸ਼ਕ ਦੀ ਮੇਰੇ ਦਿਲ ਵਿੱਚ ਡੁੱਗ ਡੁੱਗ ਵੱਜਦੀ ਡੁੱਗੀ, ਮੇਰੀ ਬੁੱਗੀ, ਹੋ ਮੇਰੀ ਬੁੱਗੀ। ਆ ਜਾਓ ਸਾਲਿਓ, ਤੁਹਾਨੂੰ ਅੱਜ ਦੱਸਦਾ ਮੈਂ। ਆ ਜਾਓ ਪੁੱਤ। ਸੋਰੀ ਜੀ, ਮੈਂ ਸੋਚਿਆ ਕੱਲੀ ਬਾਈ ਹੈ, ਮੈਂ ਬਹੁਤ ਡਰ ਗਈ ਸੀ। ਤੁਸੀਂ ਵੈਸੇ ਕਿਵੇਂ ਆਏ? ਤੁਹਾਡੇ ਲਈ ਤੰਦੂਰੀ ਚਿਕਨ ਲੈ ਕੇ ਆਇਆ ਸੀ, ਤੁਸੀਂ ਤਾਂ ਮੇਰੀ ਬਾਂਹ ਦਾ ਵੀ ਕੀਮਾ ਬਣਾਤਾ, ਦੋਨਾਂ ਚੋਂ ਜਿਹੜਾ ਮਰਜ਼ੀ ਖਾ ਲਓ, ਚੁਆਇਸ ਯੂਐਸ। ਵੈਸੇ ਸੂਬੇਦਾਰ ਸਾਹਿਬ, ਤੁਹਾਨੂੰ ਅੱਜ ਚਿਕਨ ਦੀ ਕਿਵੇਂ ਸੁੱਝੀ?
मैं सोचा घर च आप दो जी हाँ कट्ठे बह के रोटी खा लें नाले जदों अंदर अग लगी हो फिर दो दो चूल्हे कद ली बालने अंदर अग तुम एसिडिटी है सर गया और जो एसिडिटी होंगी मैं मुर्गा चक्के घूमना सी मेरे हाथ च गूंद कती रहना होंगे मैनू एसिडिटी नहीं मैनू तो इश्कडिटी होगी हाय अल्लाह डीडीटी तो बहुत बारी सुनी है पर इश्कडिटी की चीज़ है जी बड़ी नामराद बीमारी है मैं समझा ना ये इश्कडिटी के कीड़े इंसान नू टिकन नहीं देंदे हाय अल्लाह चलो ना लिया मैं चिकन गर्म करके लेके आई एवं गर्म करन दे तकल्लफ च पै गए दो मिनट हाथ च फड़ी रख दे आपे गर्म हो जाना सी साला किवें तरसिया फिरदा है जिवें कदे कुछ देखे नहीं हुंदा मेरी बुगी ने कुछ कहा नहीं जी हेलो तुसी चिकन खाओ पहले आप खा लै हुण कुछ कहा लो ना प्लीज श्योर लो ए नकौड़ा क्यों है ओ मैं तो ना ज्यादा सड़ गया सी मैं ऊपर बरनौल लाती हुण कह पुत बुगी साला बड़ा दलजीत बनया फिरदा सी कर पुत उल्टियां हुण मैनू उल्टियां कराउण नू फिरदा सी ले ले लिकारे नाल मैं डर गई दूजे ले लिकारे ना अंदर बढ़ गई तीजे ले लिकारे नाल ना मेरा लैके सीधा आण के दरां दे विच बज्जिया सॉरी सूबेदार मेजर कृपाल सिंह बिना दरवाजा खड़काए अंदर आण वज्जिया मैं दोबारा आ जाना यू कंटिन्यू पर माफ करना आ कोई नवा सुन चलिया स्वामी रामदेव जी का ओ नहीं जी दरअसल जदों मैं बहुत दुखी हुंनी हां ना फिर मैं अपने पैर उपर चके ए वाला आसन कर लैनी हां कमाल है ए तां सुनया सी कि खुशी च बंदे दे पैर थल्ले नहीं लगदे ते दुख च उपर भी चके जांदे अज पता लग्या खैर मैं तां इस करके आया सी कि अज तेरे नाल सवेरे कुत्ते खाणी हुंदी वेखी ते सूबेदार मेजर फेल्टबेरी बैग हाय इहदा मतलब तुहानूं सब पता लग गया मैनूं तां तुर अंदर दी गल भी पता लग गई पर इहदे च मेरा कोई कसूर नहीं इह सब जनानी वाला चक्कर इन्ना करके पिया बंदे दी तां जात ही इदां दी हुंदी आ घरे चंगी भली सोहनी जनानी छड के बाहर दूजी मगर खे खाणों नहीं हटदे दूजी मगर हाय मेरे याद ना कराओ मैं तां लुट्टी गई मेरे तां दाग फुट गए भाग फुट गए हुंदा दाग फुट गए नहीं पर तुसी चिंता ना करो मैं कुछ भी फुटन नहीं दिंदा अब मेरी मनो जितना तुहाडा घर वाला करदा तुसी भी उदां ही करो हां जी मैं कुछ समझी नहीं अंग्रेजा ने एक चीज बहुत सोहनी चलाई आ एक्स्ट्रा मैरिटल अफेयर तुसी भी ओही चलाओ पर जी मैनू अंग्रेजी चीजां बहुत घट चलाउणी आउंदियां ने मैं तैनू कोई नासा दी मिसाइल चलाउण नू कहता घर वाले वांगू बाहर चक्कर चलाउण नू कहा पर जी बाहर तो मैनू कोई जानदे ही नहीं फिर अंदर चलाओ ना बनेरे टप्पण दी लोड़ हाय पाप लगूगा जिस तरह के अंदरले दे हालात ने मैं तो कहना तुहानू पुन लगूगा नाले पाप तो लगू जे मैं तुहानू दो बेड़ियां च पैर धरन नू कहूं पाली नू तलाक दो ते जाली नाल मेरा मतलब जौली इंसान नाल व्याह कराओ सूबेदार पाजी फॉर योर काइंड इनफॉर्मेशन सूबेदार भाजी कोई पोस्ट नहीं होंगी नाले मेरे बापू जी कह गए कि साध की चेली तो फौजी की सहेली सारी उम्र खाता नहीं खाती कुछ समझे मिसेज छड़ा प्लीज मैं मिसेज छड़ा ना क्या करो बंदे वाली फीलिंग आने लग जाती है चलो नहीं कहते अगे तो असी तुहानू मिसेज छड़ी कह लिया करो हाय अल्लाह लाल छड़ी मैदान खड़ी क्या खूब लड़ी क्या खूब लड़ी हाय कौन है अनीरू किवें है अनीरू किवें है दारू पिया पिया मारता पतंदरा ने की करती सी डोंट डिस्टर्ब उल्टी करती सी नीरू डुब जानी है तू ये की कारा कर लिया कुछ नहीं होया जी अजे कहनी है कुछ नहीं होया सारा कुछ तो हो गया मैं तेनू कल ही नु मंगया सी ना के बाय वन गेट वन फ्री मंगया सी मेरी गल तो सुनो की सुना हुन सुनन नु की रह गया बाकी
ਹਜੇ ਤਾਂ ਤੇਰੀ ਘਰ ਵਾਲੇ ਨਾਲ ਬਣਦੀ ਨਹੀਂ। ਜੇ ਬਣਦੀ ਹੁੰਦੀ ਤੇਰਾ ਕੀ ਬਣਦਾ, ਤੂੰ ਤਾਂ ਉਲਟੀਆਂ ਕਰ ਕਰ ਖਾਲੀ ਹੋ ਜਾਂਦੀ। ਮੇਰੇ ਨਾਲ ਤਾਂ ਜੱਟੀਆਂ ਪ੍ਰੇਮ ਰੋਗ ਵਾਲੀ ਕੀਤੀ, ਭਵਰੇ ਨੇ ਖਿਲਾਇਆ ਫੂਲ ਫੂਲ ਕੋ ਲੈ ਗਿਆ ਰਾਜਕੁਮਾਰ। ਚੱਲ ਮੇਰੇ ਨਾਲ ਹਸਪਤਾਲ। ਕਾਹਦੇ ਲਈ? ਤੇਰਾ ਭਾਰ ਘਟਾਉਣ ਲਈ। ਹਾਏ ਅੱਲਾ, ਛੱਤ ਥੱਲੇ ਕੋਈ ਬਗਾਨੀ ਸ਼ਹਿ ਨਹੀਂ ਪਲ ਸਕਦੀ। ਮੈਂ ਚਾਰ ਕਿਰਾਏਦਾਰ ਰੱਖੇ ਸੀ, ਮੈਂ ਇੱਥੇ ਪੰਜ ਮਾਨੀ ਰਹਿਣ ਦੇਣਾ। ਚੱਲ ਚੱਲ ਜਲਦੀ ਜਲਦੀ ਕਰ, ਮੇਰੀ ਗੱਲ ਜਲਦੀ ਕਰ, ਮੇਰੀ ਗੱਲ ਤਾਂ ਸੁਣੋ। ਚੱਲ ਮੇਰੀ ਸੁਣੋ ਮਿੱਠਾ, ਚੱਲ ਚੱਲ ਮੇਰੀ ਲਾਡੋ, ਮੇਰੀ ਗੱਲ ਤਾਂ ਸੁਣੋ। ਮੇਰੀ ਚੱਲ ਤੁਰ ਤੁਰ, ਹੁਣ ਵਿਚਰਦੀ ਕਿਉਂ ਆ? ਤੁਰ ਬੈਠ ਇੱਥੇ, ਬੈਠ ਬੈਠ ਬੈਠ। ਡਾਕਟਰ ਸਾਹਿਬ, ਸਾਨੂੰ ਇਹ ਬੱਚਾ ਨਹੀਂ ਚਾਹੀਦਾ। ਹਾਂਜੀ, ਸਾਨੂੰ ਇਹ ਬੱਚਾ ਨਹੀਂ ਚਾਹੀਦਾ। ਪਤੀ ਹੋ ਗਏ, ਤੁਹਾਨੂੰ ਇਹ ਜੀ ਗੱਲ ਕਰਦੇ ਸ਼ਰਮ ਨਹੀਂ ਆਉਂਦੀ? ਡਾਕਟਰ ਸਾਹਿਬ, ਮੈਂ ਤੁਹਾਨੂੰ ਕਿਵੇਂ ਸਮਝਾਵਾਂ ਇਹ ਬੱਚਾ ਕਿਸੇ ਦੂਸਰੇ ਪਤੀ ਦਾ? ਹੁਣ ਸ਼ਰਮ ਆਉਂਦੀ ਹੈ ਡਾਕਟਰ? ਉਹ ਤੁਹਾਡੀ ਸ਼ਕਲ ਤਾਂ ਉਹਨਾਂ ਨਾਲ ਮਿਲਦੀ ਹੈ। ਹਾਂ, ਇਹਦੇ ਜੁੜਵੇ ਭਰਾ ਨਾਲ ਮਿਲਦੀ ਆ, ਪਰ ਤੁਸੀਂ ਇਸ ਗੱਲ ਤੋਂ ਕੀ ਲੈਣਾ? ਜੇ ਤੁਸੀਂ ਹੋਰ ਦੇਰ ਕਰਤੀ, ਦੁਨੀਆ ਤੇ ਤੀਸਰਾ ਹਮ ਸ਼ਕਲ ਆ ਜਾਣਾ। ਤੁਸੀਂ ਜਲਦੀ ਕਰੋ ਪਲੀਜ਼। ਪਰ ਕਰਨਾ ਕੀ ਹੈ? ਮੈਂ ਦੱਸਣਾ ਕੀ ਕਰਨਾ? ਤੁਸੀਂ ਜੋ ਮਰਜ਼ੀ ਕਰੋ, ਪਰ ਸਾਨੂੰ ਇਹ ਬੱਚਾ ਨਹੀਂ ਚਾਹੀਦਾ। ਮੇਰੀ ਗੱਲ ਤਾਂ ਸੁਣੋ। ਸੁਣਾ ਮੈਂ ਤੇਰੀ ਗੱਲ। ਤੇ ਤਾਂ ਵਿਸ਼ਵਾਸ ਤਾਂ ਚੱਕਿਆ ਗਿਆ, ਕਿਤੇ ਮੈਂ ਤੋਂ ਹੱਥ ਨਾ ਚੁਕਵਾ ਲਈ। ਸਾਲਾ ਸੋਹਣੀ ਜਨਾਨੀ ਤੇ ਹੱਥ ਕਿਤੇ ਚੱਕਣ ਨੂੰ ਜੀ ਕਰਦਾ? ਜਲਦੀ ਕਰੋ ਡਾਕਟਰ ਸਾਹਿਬ, ਪਲੀਜ਼ ਜਲਦੀ ਕਰੋ। ਤੁਰ 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 ਤੁਰ, ਜਲਦੀ ਕਰ। ਪਤਾ ਨਹੀਂ ਹੁਣ ਅੰਦਰ ਜਾ ਕੇ ਕਿੱਡੇ ਕਿੱਡੇ ਟੀਕੇ ਲਾਉਣਗੇ। ਵੈਸੇ ਡਾਕਟਰ ਸਾਹਿਬ, ਤੁਸੀਂ ਪਹਿਲਾਂ ਥੀਏਟਰ ਕਰਦੇ ਸੀ ਨਾ? ਹਾਂਜੀ, ਦਿਨੇ ਮੈਂ ਕਲੀਨਿਕ 'ਚ ਕੰਮ ਕਰਦੀ ਹਾਂ ਅਤੇ ਸ਼ੌਂਕ ਲਈ ਥੀਏਟਰ ਕਰਦੀ ਹਾਂ ਸ਼ਾਮ ਨੂੰ। ਪਰ ਤੁਹਾਨੂੰ ਕਿਵੇਂ ਪਤਾ? ਓ, ਤੁਹਾਡੇ ਬ੍ਰਦਰ ਨੇ ਦੱਸਿਆ ਹੋਣਾ। ਖੈਰ, ਤੁਹਾਨੂੰ ਬ੍ਰਦਰ ਨਾਲ ਵੀ ਮਿਲਾ ਹੀ ਦਿੰਦੀ ਹਾਂ। ਅੱਛਾ, ਉਹ ਵੀ ਨਾਲ ਆਏ ਨੇ? ਨਾਲ ਕਾਹਨੂੰ ਆਏ ਨੇ? ਆਈ ਐਮ ਸੋਰੀ ਨੀਰੂ, ਮੇਰੇ ਕਰਕੇ ਤੈਨੂੰ ਕਿੰਨੀ ਤਕਲੀਫ ਸਹਿਣੀ ਪੈ ਰਹੀ ਆ। ਪਰ ਸਾਲੇ ਪਾਲੀ ਦੀ ਹਿੰਮਤ ਕਿਵੇਂ ਪਈ? ਸ਼ਾਇਦ ਤਾਂ ਤੁਸੀਂ ਐਕਟਰ ਬਣਨ ਆਏ ਸੀ, ਪਰ ਤੁਹਾਡੀ ਜ਼ਿੰਦਗੀ ਤਾਂ ਡਰਾਮਾ ਬਣ ਕੇ ਰਹਿ ਗਈ। ਡਰਾਮਾ ਤਾਂ ਠੀਕ ਸੀ, ਪਰ ਜਿਹੜਾ ਬਾਹਰ ਬੈਠਾ ਨਾ, ਇਹ ਮੈਨੂੰ ਡਰਮ ਬਣਾਉਣ ਨੂੰ ਫਿਰਦਾ। ਨਦੀਆਂ ਨਾ ਕੱਢ, ਚੱਲ ਚੱਲ ਕੇ ਉਹਨੂੰ ਦੱਸ ਵੀ ਸਭ ਠੀਕ ਹੈ। ਟੈਨਸ਼ਨ ਲੈਣ ਦੀ ਕੋਈ ਗੱਲ ਨਹੀਂ, ਥੋੜ੍ਹੀ ਜਿਹੀ ਬਦਹਜ਼ਮੀ ਸੀ, ਹੁਣੇ ਠੀਕ ਨੇ। ਡਾਕਟਰ ਸਾਹਿਬ, ਚੰਗੀ ਤਰ੍ਹਾਂ ਚੈੱਕ ਕਰ ਲਿਆ ਨਾ, ਹੋਰ ਕਿਤੇ ਕੱਲ ਨੂੰ ਖੱਟੀਆਂ ਬੀਆਂ ਚੂਸਣ ਲੱਗੀ, ਮੇਰਾ ਤਾਂ ਸਾਰਾ ਖੂਨ ਹੀ ਚੂਸਿਆ ਜਾਣਾ। ਟੈਨਸ਼ਨ ਨਾ ਲਓ ਜੀ, ਬਦਹਜ਼ਮੀ ਕਰਕੇ ਥੋੜ੍ਹੀ ਜਿਹੀ ਉਲਟੀਆਂ ਲੱਗ ਗਿਆ ਸੀ, ਬਾਕੀ ਤੁਸੀਂ ਖੁਸ਼ੀ ਖੁਸ਼ੀ ਆਪਣੀ ਘਰ ਵਾਲੀ ਨੂੰ ਘਰ ਲੈ ਕੇ ਜਾ ਸਕਦੇ ਹੋ। ਚੰਗਾ ਭਾਬੀ ਜੀ। ਤੁਸੀਂ ਤਾਂ ਇਹ ਵਿੱਗਾ ਲਾਓ, ਦੱਸੋ ਉਹਨਾਂ ਨੂੰ ਮੁੰਡੇ ਹੋ ਤੁਸੀਂ? ਉਹ ਇੱਥੇ ਸੂਬੇਦਾਰ ਵੀ ਆਇਆ ਹੋਇਆ ਜੀ, ਅਸਲੀਅਤ ਦਾ ਪਤਾ ਲੱਗ ਗਿਆ, ਆਪਣੇ ਤੇ 420 ਦਾ ਕੇਸ ਪੈਣਾ ਹੈ, ਜੇ ਭੱਜਣ ਤਾਂ ਹੀ ਭੱਜ ਲਓ ਯਾਰ। ਐਵੇਂ ਕਿਵੇਂ ਭੱਜ ਲੂਗੇ, ਉਹਦੀ ਜ਼ਿੰਦਗੀ ਦਾ ਸਵਾਲ ਆ। ਵਿੱਗਾ ਲਾਓ, ਚਲੋ ਉੱਤੇ। ਓਲਾ ਦਾ ਸਟਾਪ ਇਟ, ਲੈ ਤੜਾਲਾ ਮੰਗਣੀ। ਓ ਮਾਮਾ, ਮੈਂ ਆਇਆ ਵੀਰੂ। ਮੈਡਮ ਜੀ। ਇਹ ਕੌਣ ਨੇ? ਮੈਡਮ ਜੀ, ਇਹ ਮੇਰੇ ਦੋਸਤ ਨੇ। ਮੇਰੀ ਮੰਗਣੀ ਤੁੜਾਉਣ ਕਿਉਂ ਆਏ ਸੀ? ਤੁਸੀਂ ਲੈ ਕੇ ਆਏ ਹੋ ਨਾ ਪਾਲੀ? ਜੇ ਸਾਡਾ ਰਿਸ਼ਤਾ ਨਹੀਂ ਹੋ ਸਕਿਆ ਤੇ ਤੁਸੀਂ ਮੇਰੇ ਤੋਂ ਇਸ ਤਰ੍ਹਾਂ ਬਦਲਾ ਲਓਗੇ? ਦੀਦੀ, ਤੁਸੀਂ ਠੀਕ ਸੀ, ਤੁਹਾਡੀ ਗੱਲ ਮੰਨ ਕੇ ਮੈਂ ਕਿੱਥੇ ਹੋਰ ਰਿਸ਼ਤਾ ਕਰ ਲਿਆ। ਤੁਹਾਡੇ ਨਾਲ ਵਿਆਹ ਕਰਾਂਗੇ ਤਾਂ ਮੈਂ ਸਾਰੀ ਜ਼ਿੰਦਗੀ ਪਛਤਾਉਂਦੀ। ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ, ਮੈਂ ਨਾ ਲੋਕਾਂ ਨੂੰ ਨਹੀਂ ਜਾਣਦਾ, 420 ਆ ਸਾਰੇ। ਬਹੁਤ ਵੱਡਾ ਫਰੌਡ ਨਿਕਲਿਆ ਤੂੰ। ਦੀਦੀ, ਮੈਨੂੰ ਇੱਥੋਂ ਲੈ ਚਲੋ ਪਲੀਜ਼। ਇੱਕ ਮਿੰਟ ਰਾਣੋ, ਇਹ ਵਿਆਹਿਆ ਨਹੀਂ ਹੋਇਆ। ਇਹ ਸੱਚ ਕਹਿ ਰਿਹਾ ਰਾਣੋ, ਪਾਲੀ ਨੇ ਤੇਰੇ ਨਾਲ ਕੋਈ ਧੋਖਾ ਨਹੀਂ ਕੀਤਾ। ਨਹੀਂ, ਮੈਂ ਡਿਪਟੀ ਹਾਂ, ਨੀਰੂ ਵੀ ਮੈਂ ਹੀ ਹਾਂ ਤੇ ਜਪਜੀ ਵੀ ਮੈਂ ਹੀ ਹਾਂ। ਕੀ ਹੋਇਆ? ਪਿੱਛੇ ਅੜ ਜਾਓ, ਹੋਰ ਤੁਸੀਂ ਮੈਨੂੰ ਸਾਰੀਆਂ ਜਨਾਨੀਆਂ ਬਿਓਰ ਕੇ ਲੱਗਦੀਆਂ।